ਸਿੰਘ ਜੀਕੇ ਕੇ ਜੋ ਕੇਸ ਦੇ ਕੋਰਟ ਦੇ ਵਿੱਚ ਸੁਣਵਾਈ ਸੀ ਉਸ ਦੇ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦੱਸਾਂ ਕਿ ਅੱਜ ਜੋ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਦਾਅਵਾ ਕੀਤਾ ਸੀ ਕਿ ਮਨਜੀਤ ਸਿੰਘ ਜੀਕੇ ਦੇ ਕੇਸ ਦੇ ਵਿੱਚ ਜਿਹੜੇ ਨਵੇਂ ਸੈਕਸ਼ਨ ਉਹ ਐਡ ਹੋ ਚੁੱਕੇ ਨੇ ਜਿਹਦੇ 409, 468, 471 ਵਗੈਰੇ ਸਾਰੇ ਸੈਕਸ਼ਨ ਸੀ ਜੋ ਗੁਰੂ ਘਰ ਦੀ ਗੋਲਕ ਦੀ ਲੁੱਟ ਹੋਈ ਹੈ ਜਿਹਦੇ 'ਚ ਲਾਈਫ ਇੰਪ੍ਰਿਜ਼ਨਮੈਂਟ ਵਰਗੀ ਸਜ਼ਾਵਾਂ ਹੋ ਸਕਦੀਆਂ ਨੇ, ਉਸ ਸੈਕਸ਼ਨ ਦੇ ਵਿੱਚ ਅੱਜ ਪੁਲਿਸ ਨੇ ਖੁਦ ਇੱਕ ਸਟੇਟਸ ਰਿਪੋਰਟ ਫਾਈਲ ਕਰ ਦਿੱਤੀ ਹੈ ਜਿਹਦੇ ਵਿੱਚ ਉਹਨੇ ਸੈਕਸ਼ਨ ਓਡਨ ਵੀ ਕਰ ਦਿੱਤੇ ਹਨ। ਔਰ ਨੀਚੇ ਉਸਨੇ ਇਸ ਗੱਲ ਨੂੰ ਵੀ ਮੰਨ ਲਿਆ ਕਿ ਜੋ ਅਸੀਂ ਡਿਮਾਂਡ ਕਰ ਰਹੇ ਸੀ ਕਿ ਇਹ ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਨੂੰ ਟ੍ਰਾਂਸਫਰ ਕਰਤੀ ਜਾਏ, ਤਾਂ ਪੁਲਿਸ ਨੇ ਅੱਜ ਖੁਦ ਸਟੇਟਸ ਰਿਪੋਰਟ ਫਾਈਲ ਕਰਤੀ ਹੈ ਕਿ ਅਸੀਂ ਜਿਹੜੀ ਆਪਣੀ ਜਾਂਚ ਹੈ ਕ੍ਰਾਈਮ ਬ੍ਰਾਂਚ ਨੂੰ ਟ੍ਰਾਂਸਫਰ ਕਰ ਦਿੱਤੀ ਹੈ। ਔਰ ਜੋ ਜੁਆਇੰਟ ਸੀਪੀ ਲੈਵਲ ਦਾ ਬੰਦਾ ਇਹ ਜਿਸ ਦੀ ਡਿਊਟੀ ਲੱਗੀ ਸੀ, ਜੋ ਐਜ਼ ਆਈ ਹੋ ਹਰ 15 ਦਿਨ ਬਾਅਦ ਜਿਸਨੇ ਕੋਰਟ ਦੇ ਵਿੱਚ ਆਪਣਾ ਰਿਪੋਰਟ ਫਾਈਲ ਕਰਨੀ ਸੀ, ਅੱਜ ਉਸਨੇ ਰਿਪੋਰਟ ਫਾਈਲ ਕੀਤੀ। ਜੁਆਇੰਟ ਕਮਿਸ਼ਨ ਆਪਣਾ ਸੀਪੀ ਹੈਗਾ ਸ਼੍ਰੀ ਆਨੰਦ ਮੋਹਨ, ਉਹਨਾਂ ਨੇ ਫਾਈਲ ਕੀਤੀ ਹੈ ਕਿ ਜਿਸ ਦੇ ਵਿੱਚ ਕ੍ਰਾਈਮ ਨੂੰ ਕੇਸ ਟ੍ਰਾਂਸਫਰ ਕਰ ਦਿੱਤਾ ਗਿਆ। ਅਗਲੀ ਸੁਣਵਾਈ 19-8 ਕੀ ਡੇਟ ਹੈ, ਜਿਸਕੇ ਉੱਪਰ ਹਮਾਰੀ ਜੋ ਹੋਰ ਬਾਕੀ ਐਪਲੀਕੇਸ਼ਨ ਹੈ ਵੋ ਪੈਂਡਿੰਗ ਹੈ ਔਰ ਜਿਸਕੋ ਕੋਰਟ ਕੰਸੀਡਰ ਕਰ ਰਹਾ ਹੈ। ਔਰ ਮੁਝੇ ਉਮੀਦ ਹੈ ਕਿ ਜੈਸੇ ਜੋ ਸਾਰੇ ਸਰਕਾਰੀ ਗਵਾਹ ਬਣਨੇ ਹੈ, ਜਿਸਮੇ ਚੀਫ ਕੈਸ਼ੀਅਰ ਪ੍ਰਭਜੀਤ ਸਿੰਘ ਹੈ, ਉਸਕੇ ਸਾਥ ਮੈਨੇਜਰ ਪਰਮਿੰਦਰ ਸਿੰਘ ਹੈ, ਔਰ ਜੋ ਪਬਲਿਸ਼ਰਸ ਹੈ ਜੋ ਆਪਣਾ ਬਾਬਾ ਇੰਟਰਪ੍ਰਾਈਜ਼ ਔਰ ਦੂਸਰਾ ਵੋ ਜੁਗਿੰਦਰ ਸਿੰਘ ਐਂਡ ਕੰਪਨੀ, ਜਿਨ੍ਹਾਂ ਨੇ ਕਿਹਾ ਕਿ ਹਮਨੇ ਕਿਤਾਬੇ ਕਭੀ ਨਹੀਂ ਛਾਪੀ, ਜੋ ਪੈਸੇ ਮੇਂ ਮਿਲੇ ਹਮਨੇ ਵਾਪਸ ਕਰ ਦੀਏ। ਔਰ ਇਸੀ ਤਰ੍ਹਾਂ ਜੋ ਪ੍ਰਭਜੀਤ ਚੀਫ ਕੈਸ਼ੀਅਰ ਨੇ ਕਿਹਾ ਕਿ ਮੇਰੇ ਕੋ ਦਬਾਅ ਡਾਲ ਕੇ ਪ੍ਰੈਸ਼ਰ ਬਣਾ ਕੇ ਮੇਰੇ ਸੇ ਗੁਰੂ ਕੀ ਗੋਲਕ ਸੇ ਪੈਸੇ ਲੀਏ ਜਾਤੇ ਥੇ, ਔਰ ਕਭੀ ਵੀ ਕੋ ਵੀ ਇਸ ਡੇਟ ਕੋ ਜੋ ਹਮਨੇ ਡੇਟ ਬਤਾਈ ਥੀ 30-6-2016 ਔਰ ਵੋਚਰ ਨੰਬਰ 3468 ਇਸਕੇ ਅਗੇਂਸਟ ਕਭੀ ਵੀ 51,57,73 ਰੁਪਏ 20 ਪੈਸੇ ਬੈਂਕ ਮੇਂ ਡਿਪਾਜ਼ਿਟ ਕਰਨੇ ਕੇ ਲੀਏ ਨਹੀਂ ਭੇਜੇ ਗਏ। ਯੇ ਪੈਸੇ ਮਨਜੀਤ ਸਿੰਘ ਜੀਕੇ ਨੇ ਲੀਏ ਹੈ, ਉਸਕੀ ਵੀ ਸਰਕਾਰੀ ਗਵਾਹੀ, ਔਰ ਪਰਮਿੰਦਰ ਸਿੰਘ ਜੋ ਪਬਲਿਸ਼ਰ ਸੇ ਪੈਸਾ ਲਾ ਕੇ ਵਾਪਿਸ ਗੁਰਦੁਆਰਾ ਕਮੇਟੀ ਮੇਂ ਆਪਣਾ ਸੂਬੇਦਾਰ ਹਰਜੀਤ ਸਿੰਘ ਜੀਕੇ ਉਸਕੋ ਸੂਬੇਦਾਰ ਕੋ ਦੇਤਾ ਥਾ ਜਨਰਲ ਮੈਨੇਜਰ ਕੋ, ਉਸਨੇ ਵੀ ਇਸ ਬਾਤ ਕੀ ਸਰਕਾਰੀ ਗਵਾਹੀ ਮੇਂ ਮਤਲਬ ਆਪਣੀ ਬਾਤ ਮਾਨੀ ਹੈ ਕਿ ਯੇ ਪੈਸਾ ਮੈਂ ਪਬਲਿਸ਼ਰ ਸੇ ਵਾਪਿਸ ਲਾ ਕੇ ਦੇਤਾ ਥਾ, ਕਭੀ ਵੀ ਬੁਕਸ ਨਹੀਂ ਛਪੀ। ਤਾਂ ਇਸਕੀ ਜਾਂਚ ਕ੍ਰਾਈਮ ਬ੍ਰਾਂਚ ਹੋ, ਅਬ ਇਸਕੀ ਜਾਂਚ ਕ੍ਰਾਈਮ ਬ੍ਰਾਂਚ ਮੇਂ ਚਲੇ ਗਈ। ਔਰ ਅਗਰ ਕ੍ਰਾਈਮ ਬ੍ਰਾਂਚ ਵੀ ਕੱਲ ਕੋ ਇਸ ਕੇਸ ਕੀ ਠੀਕ ਢੰਗ ਸੇ ਨਿਸ਼ਪਕਸ਼ ਜਾਂਚ ਨਹੀਂ ਕਰੇਗੀ, ਫਿਰ ਹਮਾਰਾ ਅਗਲਾ ਸਟੈਪ ਚਾਹੇ CBI ਹੋ ਜਾਂ ਔਰ ਵੀ ਉਸ ਸੇ ਕੋਈ ਉੱਪਰ ਅਗਰ ਜਾਂਚ ਏਜੰਸੀ ਹੋਗੀ ਤਾਂ ਵਹਾਂ ਤੱਕ ਵੀ ਜਾਏਂਗੇ ਔਰ ਇਸ ਕੇਸ ਕੋ ਇਸਕੇ ਅੰਜਾਮ ਤੱਕ ਪਹੁੰਚਾਏਂਗੇ।